ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਟੈਲੀਵਿਜ਼ਨ ਦੇ ਸੰਸਾਰ ਭਰ ਵਿੱਚ ਫੈਲੇ ਦਰਸ਼ਕਾਂ ਨੂੰ ਮਾਂ ਦਿਵਸ ਦੀਆਂ ਜਿਨ੍ਹਾਂ ਨੂੰ ਆਪਾਂ ਯੂਰਪ ਵਿੱਚ ਮਦਰ ਡੇ ਕਹਿ ਕੇ ਯਾਦ ਕਰਦੇ ਹਾਂ ਮਦਰ ਡੇ ਕਹਿ ਕੇ ਯਾਦ ਕਰਦੇ ਹਾਂ ਬਹੁਤ-ਬਹੁਤ ਵਧਾਈਆਂ ਮਾਂ ਦਾ ਰਿਸ਼ਤਾ ਸਭ ਰਿਸ਼ਤਿਆਂ ਨਾਲੋਂ ਜ਼ਿਆਦਾ ਪਵਿੱਤਰ ਗਿਣਿਆ ਗਿਆ ਹੈ ਕਾਰਨ ਇੱਕ ਹੈ ਕਿ ਮਾਂ ਹੀ ਹੁੰਦੀ ਹੈ ਜਿਹਦੇ ਮਾਧਿਮ ਦੇ ਰਾਹੀ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਘਰ ਤੋਂ ਇਸ ਸੰਸਾਰ ਵਿੱਚ ਆਉਂਦੇ ਆ ਮਾਤਲੁਕ ਵਿੱਚ ਆਉਂਦੇ ਆ ਸ਼ਾਇਦ ਇਹ ਸੰਸਾਰ ਨੂੰ ਮਾਤਲੁਕ ਵੀ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮਾਤਾ ਦੇ ਰਾਹੀ ਇਸ ਸੰਸਾਰ ਵਿੱਚ ਆਇਆ ਜਾਂਦਾ ਹੈ ਮਾਂ ਦਾ ਲੋਕ ਔਰ ਇਸੇ ਕਰਕੇ ਸ਼ਾਇਦ ਜਿੱਥੇ ਤੁਸੀਂ ਜਿਹੜੀ ਧਰਤੀ ਤੇ ਜਨਮ ਲੀਓ ਕਿਉਂਕਿ ਤੁਹਾਡਾ ਜਨਮਾਂ ਦੇ ਰਾਹੀ ਹੁੰਦਾ ਹੈ ਉਸ ਧਰਤੀ ਨੂੰ ਵੀ ਜਨਮ ਭੂਮੀ ਆਖ ਦਿੱਤਾ ਜਾਂਦਾ ਹੈ ਇਸੇ ਕਰਕੇ ਜਿਹੜੀ ਬੋਲੀ ਤੁਸੀਂ ਸਭ ਤੋਂ ਪਹਿਲਾਂ ਬੋਲਦੇ ਹੋ ਕਿਉਂਕਿ ਤੁਸੀਂ ਬੋਲੀ ਦੇ ਪਹਿਲੇ ਸ਼ਬਦ ਆਪਣੀ ਮਾਂ ਦੇ ਮੂੰਹ ਤੋਂ ਸੁਣੇ ਹੁੰਦੇ ਨੇ ਇਸ ਨੂੰ ਮਾਂ ਬੋਲੀ ਆਖ ਦਿੱਤਾ ਜਾਂਦਾ ਹੈ ਸੋ ਮਨੁੱਖ ਦਾ ਸੰਬੰਧ ਉਹਦੇ ਜਨਮ ਨਾਲ ਜੁੜ ਕੇ ਤਿੰਨ ਮਾਵਾਂ ਨਾਲ ਬਣ ਜਾਂਦਾ ਹੈ ਇੱਕ ਉਹ ਮਾਂ ਜਿਹੜੀ ਉਸ ਦੀ ਜਨਨੀ ਹੈ ਦੂਜੀ ਉਹ ਮਾਂ ਜਿਹੜੀ ਉਸ ਦੀ ਜਨਮ ਭੂਮੀ ਹੈ ਤੇ ਤੀਜੀ ਉਹ ਮਾਂ ਜਿਹੜੀ ਉਸ ਨੇ ਬੋਲੀ ਜਿਹੜੇ ਸ਼ਬਦ ਉਸ ਨੇ ਆਪਣੀ ਮਾਂ ਦੇ ਕੋਲੋਂ ਸਿੱਖੇ ਨੇ ਮਾਂ ਬੋਲੀ ਇਸੇ ਕਰਕੇ ਆਖਿਆ ਜਾਂਦਾ ਹੈ ਕਿ ਜਿਹੜਾ ਮਨੁੱਖ ਜਨਨੀ ਜਨਮ ਭੂਮੀ ਤੇ ਮਾਂ ਬੋਲੀ ਨੂੰ ਭੁੱਲ ਜਾਵੇ ਸਮਝ ਲਓ ਆਪਣਾ ਸਾਰਾ ਕੁਝ ਭੁੱਲ ਗਿਆ ਉਸ ਦਾ ਹੋਇਆ ਨਾ ਹੋਇਆ ਇੱਕ ਬਰਾਬਰ ਹੋ ਜਾਂਦਾ ਹੈ ਔਰ ਤਿੰਨਾਂ ਹੀ ਮਾਵਾ ਦਾ ਮਨੁੱਖ ਦੇ ਸਿਰ ਤੇ ਕਰਜ ਹੋਇਆ ਕਰਦਾ ਹੈ ਮਾਂ ਦਾ ਉਸਨੇ ਜਨਮ ਦਿੱਤਾ ਹੈ ਉਸਨੇ ਪਾਲਿਆ ਪੋਸਿਆ ਹੈ ਜਨਮ ਭੂਮੀ ਦਾ ਉਹਨੇ ਉਸ ਨੂੰ ਮਾਹੌਲ ਦਿੱਤਾ ਹੈ ਸੱਦਾ ਜਾਰ ਦਿੱਤਾ ਹੈ ਆਮਦ ਵਾਲਾ ਦਿੱਤਾ ਹੈ ਇੱਕ ਸਮਾਜ ਦਿੱਤਾ ਹੈ ਜਿਹੜਾ ਉਹਦੀ ਸੁਰੱਖਿਆ ਦਾ ਕਾਰਨ ਬਣਿਆ ਹੈ ਜਨਮ ਭੂਮੀ ਤੇ ਮਾਂ ਬੋਲੀ ਕਿਉਂਕਿ ਉਹਨਾਂ ਬੋਲਾਂ ਦੇ ਨਾਲ ਉਸਦਾ ਦੁਨੀਆ ਦੇ ਨਾਲ ਸੰਬੰਧ ਜੁੜਿਆ ਆ ਉਹਨੇ ਆਪਣੀਆਂ ਗੱਲਾਂ ਸੁਭਾਈਆਂ ਸਮਝਾਈਆਂ ਨੇ ਜੋ ਉਸਨੇ ਮਹਿਸੂਸ ਸਿਆ ਜੋ ਉਸਨੇ ਅਨੁਭਵ ਕੀਤਾ ਜੋ ਉਸਨੇ ਤਜਰਬਾ ਕੀਤਾ ਉਹ ਸਾਰਾ ਕੁਝ ਸਾਂਝਾ ਕੀਤਾ ਉਸਨੇ ਦੁੱਖ ਨੂੰ ਦਰਦ ਨੂੰ ਸੁੱਖ ਨੂੰ ਜਿਹੜੀ ਬੋਲੀ ਚੱਖ ਹੈ ਉਸ ਬੋਲੀ ਦਾ ਵੀ ਕਰਜ਼ਦਾਰ ਹੈ ਸੋ ਤਿੰਨਾ ਮਾਵਾਂ ਦਾ ਕਰਜ਼ਦਾਰ ਹੈ ਮਨੁੱਖ ਜਨਨੀ ਜਨਮ ਭੂਮੀ ਤੇ ਮਾਂ ਬੋਲੀ ਸੋ ਤਿੰਨਾ ਦਾ ਰਿਣ ਵੀ ਉਤਾਰਨਾ ਹੈ ਮਨੁੱਖ ਨੇ ਤੇ ਰਿਣ ਉਤਾਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਉਹ ਇਹੋ ਜਿਹਾ ਕਰਮ ਕਰੇ ਕਿ ਉਸ ਦੀ ਮਾਂ ਦਾ ਨਾਮ ਲੋਕੀ ਸਤਕਾਰ ਨਾਲ ਲੈਣ ਇਹੋ ਜਿਹਾ ਕਮਨਾ ਕਰੇ ਕਿ ਹਮੇਸ਼ਾ ਮਾਂ ਪੈਣ ਦੀਆਂ ਗਾਲਾਂ ਨਹੀਂ ਖਾਂਦਾ ਰਹੇ ਮਨੁੱਖ ਨੇ ਮਾਂ ਦਾ ਕਰਜ਼ਾ ਮਾਂ ਦਾ ਰਿਣ ਤਾਂ ਹੀ ਉਤਾਰਨਾ ਏ ਕਿ ਜਦੋਂ ਉਹਦਾ ਨਾਂ ਲਾਇਆ ਹੋਵੇ ਨਾਲ ਉਹਦੀ ਮਾਂ ਦਾ ਨਾਂ ਵੀ ਸਤਕਾਰ ਨਾਲ ਲਾਇ ਹੋਵੇ ਔਰ ਇੱਥੇ ਤੱਕ ਇੱਥੇ ਤੱਕ ਗੁਰੂ ਰਾਮਦਾਸ ਨੇ ਗੱਲ ਕੀਤੀ ਕਿ ਗੁਰੂ ਤਾਂ ਤਨ ਹੁੰਦਾ ਹੀ ਹੁੰਦਾ ਪਰ ਉਹ ਮਾਤਾ ਵੀ ਤਨ ਪਿਤਾ ਵੀ ਤਨ ਜਿਹਦੇ ਘਰ ਦੇ ਵਿੱਚ ਜਿਹਦੀ ਕੁੱਖ ਦੇ ਵਿੱਚ ਗੁਰੂ ਦਾ ਜਨਮ ਹੋਇਆ ਸੋ ਮਾਤਾ ਦਾ ਦਰਜਾ ਬਹੁਤ ਉੱਚਾ ਬਹੁਤ ਵੱਡਾ ਹੈ ਔਰ ਇਸੇ ਕਰਕੇ ਸ਼ਾਇਦ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਾਖ ਦਿੱਤਾ ਸੀ ਤੇ ਸੋ ਕੇ ਮੰਦਾ ਆਖੀਏ ਜਿੱਤ ਜੰਮੇ ਰਜ਼ਾਨ ਸੋ ਮਾਂ ਨੂੰ ਮੰਦਾ ਨਹੀਂ ਆਖਿਆ ਜਾ ਸਕਦਾ ਕਿਉਂਕਿ ਰਾਜਿਆਂ ਦੀ ਜਾਨ ਨਹੀਂ ਹੈ ਰਿਸ਼ੀਆਂ ਮੁੰਨੀਆਂ ਦੀ ਜਾਨ ਨਹੀਂ ਹੈ ਜੇ ਪ੍ਰਮਾਤਮਾ ਨੇ ਵੀ ਇਸ ਸੰਸਾਰ ਦੇ ਉੱਤੇ ਆਉਣਾ ਹੈ ਤੇ ਬੇਸ਼ੱਕ ਉਹਨੇ ਸਨਫ ਗੋਡ ਕਹੋਣਾ ਹੈ ਪਰ ਆਉਣਾ ਮਾਂ ਦੀ ਕੁੱਖ ਤੋਂ ਹੀ ਹੈ ਮਾਂ ਦਾ ਦਰਜਾ ਉਸ ਤੋਂ ਵੀ ਉੱਤੇ ਹੈ ਰੱਬ ਦੇ ਵਰਗਾ ਦਰਜਾ ਮਾਂ ਦਾ ਔਰ ਬੰਦਾ ਜਿਹੜਾ ਕਰਮ ਹੈ ਉਹ ਵੀ ਰੱਬ ਵਰਗਾ ਹੀ ਹੈ। ਰੱਬ ਕੀ ਕਰਦਾ ਹੈ? ਜੋ ਆਪਾਂ ਅਜ ਤੱਕ ਸਾਰਾ ਮਿੱਥਿਆ ਹੋਇਆ। ਰੱਬ ਮਨੁੱਖ ਦੀ ਪੈਦਾਇਸ਼ ਕਰਦਾ ਹੈ। ਸਿਰਜਣਾ ਕਰਦਾ ਹੈ। ਔਰ ਨਾਲ ਉਹਦੀ ਪਾਲਣਾ ਕਰਦਾ ਹੈ। ਪੈਦਾਇਸ਼ ਵੀ ਕਰਦਾ ਹੈ, ਪਾਲਣਾ ਵੀ ਕਰਦਾ ਹੈ ਤੇ ਮਾਂ ਕੀ ਕਰਦੀ ਹੈ? ਮਾਂ ਵੀ ਤਾਂ ਮਨੁੱਖ ਨੂੰ ਪੈਦਾਇਸ਼ ਦਿੰਦੀ ਆ ਨਾਲ ਨਾਲ ਉਸਦੀ ਪਾਲਣਾ ਵੀ ਕਰਦੀ ਆ। ਸੋ ਰੱਬ ਵਰਗਾ ਦਰਜਾ ਹੈ ਤੇ ਇੱਕ ਬੜੇ ਸਿਆਣੇ ਸੱਜਣ ਦਾ ਆਖਿਆ ਹੋਇਆ ਬੋਲ ਹੈ ਇਹ ਕਿਉਂਕਿ ਰੱਬ ਹਰ ਥਾਂ ਤੇ ਨਹੀਂ ਜਾ ਸਕਦਾ ਸੀ ਹਰ ਘਰ ਵਿੱਚ ਨਹੀਂ ਜਾ ਸਕਦਾ ਸੀ ਹਰ ਥਾਂ ਤੇ ਨਹੀਂ ਪਹੁੰਚ ਕਰ ਸਕਦਾ ਸੀ ਸੋ ਉਸ ਨੇ ਹਰ ਘਰ ਦੇ ਵਿੱਚ ਕਮਾਂ ਦੇ ਦਿੱਤੀ ਤੇ ਦੁਨੀਆ ਜੀ ਖੂਬਸੂਰਤ ਹੈ ਇਹ ਦੁਨੀਆ 'ਚ ਜਿੰਨਾ ਕੋ ਅਮਨ ਹੈ ਜਿੰਨੀ ਕੋ ਸ਼ਾਂਤੀ ਹੈ ਜਿੰਨੀ ਕੋ ਖੁਸ਼ਹਾਲੀ ਹੈ ਜਿੰਨੀ ਕੋ ਸ਼ੈਨਸ਼ੀਲਤਾ ਹੈ ਜਿੰਨਾ ਕੋ ਮੇਲ ਮਲਾਪ ਹੈ ਉਹ ਇਸ ਕਰਕੇ ਹੈ ਕਿ ਹਰ ਘਰ ਦੇ ਵਿੱਚ ਕਮਾਂ ਬੈਠੀ ਹੈ ਕਿਉਂਕਿ ਹਰ ਚੰਗੇ ਗੁਣ ਦੀ ਪਦਾਸ਼ ਮਾਂ ਤੋਂ ਹੁੰਦੀ ਹੈ। ਸੁਮਾ ਦਾ ਦਿਨ ਜਦੋਂ ਮਾਂ ਦਾ ਦਿਨ ਮਨਾ ਰਹੇ ਆ ਤੇ ਉਹਦੇ ਸਾਰੇ ਗੁਣ ਮਾਂ ਦੀ ਬੰਮਤਾ ਨਾਲ ਜੁੜੇ ਹੋਏ ਨੇ ਜਿਹੜੇ ਉਹਨਾਂ ਨੂੰ ਆਪਣੇ ਅੰਦਰ ਧਾਰਨ ਕਰਨ ਦੀ ਗੱਲ ਕਰਨੀ ਚਾਹੀਦੀ ਤਾਂ ਹੀ ਅਸੀਂ ਮਾਂ ਦਾ ਰੈਨ ਉਤਾਰਨ ਵਾਲ ਤੁਰ ਸਕਾਂਗੇ। ਜਨਨੀ ਜਨਮ ਭੂਮੀ ਮਾਂ ਮੁਰੇ। ਔਰ ਜੇ ਆਪਾਂ ਕਦੇ ਰੂਸ਼ੀਆ ਮੂਨੀਆ ਦੀ ਗੱਲ ਕਰ ਲਈਏ। ਕਦੇ ਤਰੂ ਦੀ ਗੱਲ ਕਰੀਏ ਗੁਰਬਾਣੀ 'ਚ ਜ਼ਿਕਰ ਕੀਤਾ ਹੈ ਤਰੂ ਤੇ ਪਰ ਤ੍ਰੂ ਅਤੇ ਪ੍ਰਹਲਾਦ ਸਤਿਗੁਰੂ ਨੇ ਐਲਾਨ ਕੀਤਾ ਗੁਰੂ ਗ੍ਰੰਥ ਸਾਹਿਬ ਨੇ ਐਲਾਨ ਕੀਤਾ ਕਿ ਨਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਲਾਦ ਜਪਿਓ ਹਰ ਜাসে ਤੇ ਉਹਨਾਂ ਨੂੰ ਨਾਮ ਜਪਣ ਦੀ ਛੇੜਕ ਕਿੱਥੋਂ ਲੱਗੀ ਉਹਨਾਂ ਦੀ ਮਾਵਾਂ ਦੇ ਕੋਲ ਤ੍ਰੂ ਦੀ ਮਾਂ ਨੇ ਤਾਂ ਸਾਨੂੰ ਸਮਝਾਇਆ ਸੀ ਜਦੋਂ ਕਿਸੇ ਮਤੇਜ ਦੇ ਕਹਿਣ ਦੇ ਉੱਤੇ ਪੁੱਤਰ ਨੇ ਕੁਛੜ ਦੇ ਵਿੱਚ ਉਠਾਲ ਦਿੱਤਾ ਤੋ ਮਾਣੂਆ ਕਿੰਦਾ ਕਿ ਮੈਂ ਵੀ ਤਾਂ ਪੁੱਤਿਆਂ ਉਸੇ ਰਾਜੇ ਦਾ ਹੀ ਮੈਨੂੰ ਕੁਛੜ ਚੋਂ ਕਿਉਂ ਉਠਾ ਦਿੱਤਾ ਗਿਆ ਉਹ ਕਹਿੰਦੀ ਮੇਤੋ ਮਾਂ ਕਿ ਦੀ ਸ਼ਾਇਦ ਉਤਰੀ ਭਗਤੀ ਨਹੀਂ ਸੀ ਹੋ ਸਕੀ ਜਿੰਨੀ ਕਰਨੀ ਚਾਹੀਦੀ ਸੀ ਇੰਨੀ ਕੁ ਭਗਤੀ ਦਾ ਹੋ ਗਈ ਕਿ ਮੈਂ ਰਾਣੀ ਬਣ ਗਈ ਪਰ ਇੰਨੀ ਭਗਤੀ ਨਹੀਂ ਹੋ ਸਕੀ ਇੰਨੀ ਸਾਧ ਰਾਣੀ ਹੋ ਸਕੀ ਨਹੀਂ ਤਪੱਸਿਆ ਨਹੀਂ ਹੋ ਸਕੀ ਕਿ ਮੈਂ ਰਾਣੀ ਦਾਨ ਦੇ ਸੁੱਖ ਲੈ ਸਕਾਂ ਤੇ ਰਾਣੀ ਬਨ ਦੇ ਸੁੱਖ ਲੈ ਕੇ ਗਾਂ ਆਪਣੀ ਸੰਤਾਨ ਨੂੰ ਸੁੱਖ ਦੇ ਸਕਾਂ ਉਹ ਨਹੀਂ ਭਗਤੀ ਨਹੀਂ ਕਰ ਸਕੀ ਭਗਤੀ ਦੇ ਵਿੱਚ ਕਿੰਨੇ ਕਦਣਾ ਮੇਰੀ ਤਪੱਸਿਆ 'ਚ ਮੇਰੀ ਸਾਧਨਾ 'ਚ ਕਦੇ ਨਾ ਕਦੇ ਕਮੀ ਰਹਿ ਗਈ ਕਿੰਨੇ ਸਬਰ ਵਾਲੀ ਮਾਂ ਹੋਏਗੀ ਜਿਹਨੇ ਰਾਜੇ ਨੂੰ ਦੁੱਖ ਬਲੇਮ ਦੇਣ ਦੀ ਧਾਂ ਤੇ ਕੋਈ ਜਾਂ ਆਪਣੀ ਜਿਹੜੀ ਸੋਤਣ ਸੀ ਉਹਨੂੰ ਕੋਈ ਬਲੇਮ ਦੇਣ ਦੀ ਬਚਾਏ ਆਪਣੇ ਲਗਾ ਤਾ ਕਿ ਮੇਰੇ ਕੋਲ ਤਪੱਸਿਆ ਨਹੀਂ ਹੋਈ ਮੇਰੇ ਤੋਂ ਸਾਧਨਾ ਨਹੀਂ ਹੋਈ ਤੇ ਪੁੱਤ ਨੇ ਕਿਹਾ ਮੈਂ ਹੁਣ ਕੀ ਕਰਾਂ ਕਹਿੰਦੇ ਪੁੱਤ ਤੂੰ ਸਾਧਨਾ ਕਰ ਤੂੰ ਤਪੱਸਿਆ ਕਰ ਤੂੰ ਆਪਣੇ ਅੰਦਰੋਂ ਗੰਦਾ ਹਨਕਰ ਤੇ ਤਰੂ ਰਾਜ ਛੱਡ ਕੇ ਤੁਰ ਪਿਆ ਫਿਰ ਭਗਤੀ ਕਰਨ ਦੇ ਲਈ ਜਦੋਂ ਭਗਤੀ ਕਰਨ ਲਈ ਤੁਰਿਆ ਰਾਜ ਨੂੰ ਪਤਾ ਲੱਗਾ ਉਹ ਰਾਜਮਾਲ ਛੱਡ ਕੇ ਜਾ ਰਿਹਾ ਤੇ ਕਹਿੰਦਾ ਆ ਜਾ ਰਾਜ ਦਾ ਵਾਰਿਸ ਬਣ ਜਾ ਤੂੰ ਰਾਜਮਾਲ ਛੱਡ ਕੇ ਨਾ ਜਾ ਪਤਾ ਨੇ ਆਖਿਆ ਉਹ ਕਹਿੰਦਾ ਜਿਹਦੇ ਜਿਹਦੀ ਭਗਤੀ ਕਰਨ ਦਾ ਜਿਹਦੀ ਸਾਧਨਾ ਕਰਨ ਦਾ ਮੈਂ ਸਿਰਫ ਨਿਰਣਾ ਹੀ ਲਿਆ ਘਰੋਂ ਜਾਣ ਦੀ ਘਰੋਂ ਬਾਹਰ ਨਿਕਲਣ ਦੀ ਗੱਲ ਹੀ ਕੀਤੀ ਹੈ ਜੇ ਉਹਦਾ ਨਿਰਣਾ ਲਿਆਈ ਮੈਨੂੰ ਜੋ ਰਾਜੇ ਦੀ ਕੁਛ ਨਹੀਂ ਬੈ ਬੈਠ ਸਕਦਾ ਮੈਨੂੰ ਰਾਜ ਮਿਲਣ ਦੀ ਗੱਲ ਕਰਨ ਲੱਪਿਓ ਤੇ ਜੇ ਮੈਂ ਭਗਤੀ ਕਰ ਲਾਂਗਾ ਤੇ ਫਿਰ ਪਤਾ ਨਹੀਂ ਮੈਨੂੰ ਕੀ ਮਿਲੇਗਾ ਮੈਂ ਭਗਤੀ ਕਰਾਂਗਾ ਹੁਣ ਤਪੱਸਿਆ ਕੀਤੀ ਸਾਧਨਾ ਕੀਤੀ ਭਗਤੀ ਕੀਤੀ ਤੇ ਤਰੂਣ ਨੇ ਅਮਰ ਬਦ ਪਾ ਲਿਆ ਜੋਗ ਵਿਸ਼ਿਸ਼ਥ ਦੇ ਵਿੱਚ ਭਗਵਾਨ ਬਾਲਮੀਕੀ ਨੇ ਇਹ ਗੱਲ ਕਹੀ ਸਭ ਤੋਂ ਪਹਿਲਾਂ ਤੇ ਇਹ ਗੱਲ ਗੁਰਬਾਣੀ ਚ ਵੀ ਆਖੀ ਗਈ ਫਿਰ ਕਿ ਨਾਮ ਜਪੜਾ ਤੇ ਉਦਾਂ ਜ ਦੁਨੀਆਂ ਦੇ ਹਰ ਤਰ੍ਹਾਂ ਦੇ ਲਾਲਚਾ ਉੱਟੇ ਉੱਠ ਗਏ ਰਾਜ ਵੀ ਮਿਲਦਾ ਹੋਵੇ ਤਾਂ ਵੀ ਨਾਮ ਦੇ ਨਾਲ ਜੁੜ ਜਾਓਗੇ ਰਾਜ ਤੁਹਾਡੇ ਮਗਰ ਮਗਰਾਵੇਗਾ ਤੇ ਜੇ ਨਾਮ ਨਾਲ ਉਹ ਟੁੱਟ ਗਿਆ ਤੇ ਫਿਰ ਰਾਜ ਦੇ ਮਗਰ ਮਗਰ ਤੁਸੀਂ ਤਰੋਗੇ ਤੇ ਰਾਜ ਨਹੀਂ ਤੁਹਾਨੂੰ ਮਿਲਣ ਲੱਗਾ ਗੁਰਬਾਣੀ ਨੇ ਇਹ ਸੇਧ ਦਿੱਤੀ ਹੈ RAM JAPO JI ਐਸੇ ਐਸੇ ਤਰੂ ਪ੍ਰਹਲਾਦ ਜਪਿਓ ਹਰ ਜੈਸੇ ਤੇ ਕਿੰਨੇ ਜਪਣ ਲਈ ਪ੍ਰੇਰਿਆ ਮਾਤਾ ਨੇ ਮਾਵਾ ਹੀ ਜਪਣ ਲਈ ਪ੍ਰੇਰਦਿਆਂ ਨੇ ਆਪਾਂ ਬਾਬਾ ਫਰੀਦ ਜੀ ਦੀ ਗੱਲ ਕਰ ਲਈਏ ਗੁਰਗੰਨ ਸਭ ਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਦਰਜਾ ਕਿੰਨੇ ਮਿੱਠੇ लोक रहे कि मिठी बाणी है और मिठी वो बाणी की मिठास क्या ठेठ पंजाबी मिठास दिखाते बाबा फरीद के सलोक पढ़ने चाहिए इनी मिठी बाणी और एड्डी उची उच्ची गल होती है एडे उच्चे सिद्धांत ए फलसफे की गल गई है और उस फरीद की माता उतनी मिठी सी उतने निम्र स्वाभा उतनी मिठत वाली सर गुरबाणी ने भी गल आखी है गुरु नामदेव ने गल आखी है ਕਿ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਕਿ ਜਿਹਦੇ ਕੋਲ ਮਠਾਸ ਹੋਏਗੀ ਜਿਹਦੇ ਬੋਲਾਂ ਚ ਜਿਹਦੇ ਕੋਲ ਨਿਮਰਤਾ ਹੋਏਗੀ ਸਮਝ ਲਓ ਸਾਰੀਆਂ ਹੀ ਗੁਣਾ ਤੇ ਚੰਗਿਆਈਆਂ ਦਾ ਤਤ ਉਹਦੇ ਕੋਲ ਆ ਗਿਆ ਸਿਖਰ ਦੀ ਗੱਲ ਹੈ ਤੁਹਾਡੇ ਬੋਲਾਂ ਚ ਮਠਾਸ ਹੋਵੇ ਤੁਹਾਡੇ ਉੱਠਣ ਬੈਠਣ ਤੁਰਨ ਫਿਰਨ ਦੇ ਵਿੱਚ ਨਿਮਰਤਾ ਆਵੇ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਤੇ ਫਰੀਦ ਦੀ ਮਾਂ ਮਿੱਠਤ ਤੇ ਨੀਮੀ ਵਾਲੀ ਸੀ ਮਿੱਠਤ ਤੇ ਨਿਮਰਤਾ ਵਾਲੀ ਸੀ ਬਾਬਾ ਫਰੀਦ ਜੀ ਨੂੰ ਭਗਤੀ ਵੱਲੇ ਲਾਉਣਾ ਚਾਹੁੰਦੀ ਸੀ ਨਮਾਜ਼ ਪੜਨ ਵੱਲੇ ਲਾ ਆਉਂਦੀ ਸੀ ਔਰ ਜਦੋਂ ਜਿੱਥੇ ਬੈਠ ਕੇ ਨਮਾਜ਼ ਪੜ੍ਹੀ ਜਾਂਦੀ ਹੈ ਜਿਹੜੀ ਸਫ ਦੇ ਉੱਤੇ ਮਸੱਲਾ ਉਹਦੇ ਥੱਲੇ ਉਹ ਸ਼ੱਕਰ ਦਾ ਕਾਲ ਪਰ ਕੇ ਰੱਖ ਦਿੰਦੀ ਸੀ ਕਿ ਜਦੋਂ ਤੂੰ ਨਮਾਜ਼ ਕਰਕੇ ਉਹ ਸਫ ਚੱਕਣ ਲੱਗੇਗਾ ਥੱਲੇ ਉਹ ਸ਼ੱਕਰ ਦਾ ਖਣਾ ਉਹਨੇ ਕਹਿੰਦਾ ਤੈਨੂੰ ਉਸ ਖੁਦਾ ਨੇ ਉਸ ਰੱਬ ਨੇ ਮਿਹਰ ਕਰਕੇ ਦਿੱਤੀ ਆ ਕਿ ਤੂੰ ਉਹਦਾ ਨਾਮ ਲਿਆ ਮਿੱਠਾ ਮਿੱਠਾ ਨਾਮ ਲਿਆ ਤੈਨੂੰ ਮਿੱਠੀ ਮਿੱਠੀ ਸ਼ੱਕਰ ਤੈਨੂੰ ਦੇ ਦਿੱਤੀ ਆ ਸ਼ੱਕਰ ਦਾ ਸ਼ਕੀਨ ਸੀ ਬਾਬਾ ਫਰੀਦ ਜੀ ਪਰ ਸ਼ੱਕਰ ਦਾ ਸ਼ੁਕੀਨ ਮਿੱਠੇ ਨਾਲ ਜੁੜਦਾ ਜੁੜਦਾ ਇੰਨਾ ਮਿੱਠਾ ਅੰਦਰੋਂ ਆ ਗਿਆ ਇੰਨਾ ਮਿੱਠਾ ਅੰਦਰੋਂ ਆ ਗਿਆ ਨਾਮ ਦਾ ਇੰਨਾ ਮਿੱਠਾ ਆ ਗਿਆ ਤੇ ਫਿਰ ਕੂਕ ਕੇ ਕਹਿ ਉઠਿਆ ਆਪਣੇ ਸ਼ਲੋਕਾਂ ਦੇ ਵਿੱਚ ਕਿ ਬੇਸ਼ੱਕ ਦੁਨੀਆ ਦੀਆਂ ਸਾਰੀਆਂ ਹੀ ਵਸਤਾਂ ਮਿੱਠੀਆਂ ਜਿਹੜੀਆਂ ਨੇ ਇੱਕ ਦੂਜੇ ਤੋਂ ਵੱਧ ਕੇ ਮਿੱਠੀਆਂ ਨੇ ਫਰੀਦਾ ਸ਼ੱਕਰ ਖੰਡ ਨਵਾਟ ਗੁੜ ਮੱਖਿਓ ਮਾਝਾ ਦੁੱਧ ਸ਼ੱਕਰ ਤੇਦਾ ਸ਼ੱਕਰ ਸ਼ੱਕਰ ਮਿੱਠੀ ਹੈ ਕਿਉਂਕਿ ਉਹ ਤੋਂ ਮਿੱਠੀ ਖੰਡ ਗਿਣੀ ਜਾਂਦੀ ਹੈ ਸ਼ੱਕਰ ਖੰਡ ਨਵਾਤ ਮਿਸ਼ਰੀ ਉਹ ਤੋਂ ਮਿੱਠਿਆ ਸ਼ੱਕਰ ਖੰਡ ਨਵਾਤ ਗੁੜ ਗੁੜ ਉਹ ਤੋਂ ਮਠਾਏ ਸ਼ੱਕਰ ਮਿੱਠੀ ਹੈ ਸ਼ੱਕਰ ਖੰਡ ਨਵਾਤ ਮਿਸ਼ਰੀ ਮਿੱਠੀ ਹੈ ਸ਼ੱਕਰ ਖੰਡ ਨਵਾਤ ਗੁੜ ਗੁੜ ਮਠਾਏ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਸ਼ਾਇਦ ਸਭ ਤੋਂ ਜ਼ਿਆਦਾ ਮਠਾ ਦੇ ਗੁਣਾ ਅਲਗ ਨਾ ਗਿਆ ਇਹਦੋਂ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਮਾਜਾ ਦੁੱਧ ਤੇ ਸ਼ਾਇਦ ਨਾਲੋਂ ਜ਼ਿਆਦਾ ਇਹ ਮਾਜਾ ਦੁੱਧ ਜਿਹੜਾ ਹੈ ਉਹਨੂੰ ਹੋਰ ਮਿੱਠਾ ਗਿਣਿਆ ਗਿਆ ਕਿਉਂਕਿ ਉਹਦੇ ਚ ਗੁਣ ਵੀ ਨੇ ਪੋਸਟ ਗੁਣ ਵੀ ਨੇ ਸ਼ੱਕਰਖੰਡ ਨਵਾਤਗੜ ਮੱਖ ਮਾਜਾ ਦੁੱਧ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ ਦਾ ਰੱਬ ਤੇਰੇ ਤੱਕ ਨਹੀਂ ਪੁੱਜ ਸਕਦੀਆਂ ਸ਼ੱਕਰ ਤੋਂ ਤਰੀ ਗੱਲ ਮਾਨ ਸ਼ੱਕਰ ਨਾਲ ਜੋੜ ਕੇ ਨਾਮ ਜਪਣ ਲਾਇਆ ਪਰ ਜਦੋਂ ਨਾਮ ਦਾ ਰਸ ਆਇਆ ਤੇ ਉਦੋਂ ਬਾਬਾ ਫਰੀਦ ਫੇਕੂ ਕੁੱਠਿਆ ਕਿ ਸ਼ੱਕਰ ਤੋਂ ਗੱਲ ਸ਼ੁਰੂ ਹੋਈ ਸੀ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ ਤੇ ਤੇਰੇ ਨਾਮ ਦਾ ਰਸ ਇੰਨਾ ਜ਼ਿਆਦਾ ਹੈ ਕਿ ਉਦੇ ਤੱਕ ਕੋਈ ਪੁੱਜਦਾ ਨਹੀਂ ਹੈ ਮਾ ਦੀ ਦਿੱਤੀ ਹੋਈ ਚੜਕ ਸੀ ਜੇ ਮਾਨ ਆ ਕੇ ਤੇ ਜੁੜੀ ਹੁੰਦੀ ਨਾ ਮਾਨ ਕੇ ਦਿਓ ਸੱਬ ਦੇ ਨਾਮ ਦੇ ਮਠਾਸ ਨੂੰ ਨਾ ਜਾਣਦੀ ਹੁੰਦੀ ਬੰਦਗੀ ਦੀ ਮਠਾਸ ਨੂੰ ਨਾ ਜਾਣਦੀ ਹੁੰਦੀ ਤਾਂ ਬਾਬਾ ਫਰੀਦ ਵੀ ਉਹ ਬੰਦਗੀ ਵਾਲਾ ਨਾ ਬਣ ਸਕਦਾ ਮਾਂ ਨੇ ਜੋੜ ਦਿੱਤਾ ਗੁਰੂ ਘਰ ਦੇ ਵਿੱਚੋਂ ਉਦਾਹਰਨ ਮਿਲਦੀ ਆ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਦੀ ਛੋਟੀ ਉਮਰ ਚ ਸੀ ਤਾਂ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਹੁਕਮ ਕਰਤਾ ਲਾਹੌਰ ਜਾਣਾ ਪੈਣਾ ਇੱਕ ਰਿਸ਼ਤੇਦਾਰੀ ਚ ਵਿਆਹ ਹੈ ਜਨ ਨੂੰ ਜੀ ਨਹੀਂ ਕਰਦਾ ਪਰ ਪਿਤਾ ਦਾ ਹੁਕਮ ਟਾਲਿਆ ਨਹੀਂ ਕਿਉਂਕਿ ਦੋਨੇ ਪੁੱਤਰ ਪਹਿਲਾਂ ਟਾਲ ਚੁੱਕੇ ਸਨ ਪ੍ਰਤੀ ਚੰਦ ਵੀ ਮਹਾਦੇਵੀ ਵੱਡੀ ਗੱਲ ਹੈ ਲੰਬਾ ਵਿਆਖਿਆ ਚ ਆਪਾਂ ਨਹੀਂ ਪੜ੍ਹਣਾ ਸਾਖੀ ਆਪਾਂ ਸੁਣੀ ਹੋਈ ਹੈ ਤੇ ਸੋ ਪਿਤਾ ਦਾ ਹੁਕਮ ਸੀ ਪਿਤਾ ਦੇ ਗੁਰੂ ਪਿਤਾ ਦੇ ਦਰਸ਼ਨਾਂ ਤੋਂ ਬਿਨਾਂ ਮਾਤਾ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਪਿਤਾ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਹਰਿਮੰਦਰ ਸਾਹਿਬ ਦੇ ਅੰਦਰ ਅਮਰਸਰ ਸਾਧ ਦੇ ਅੰਦਰ ਰੌਣਕਾਂ ਲੱਗੀਆਂ ਹੁੰਦੀ ਸੀ ਜਿਵੇਂ ਹਰਿਮੰਦਰ ਸਾਹਿਬ ਨਹੀਂ ਸੀ ਬਣਿਆ ਪਰ ਅਮਰਸਰ ਦੀ ਕਾਰ ਸੇਵਾ ਚੱਲ ਰਹੀ ਸੀ ਰੌਣਕਾਂ ਲੱਗੀਆਂ ਹੋਈਆਂ ਸਨ ਸਰੋਵਰ ਦਾ ਤਾਲ ਖਟਾਇਆ ਜਾ ਰਿਆ ਸੀ ਜਾਣਾ ਨਹੀਂ ਚਾਹੁੰਦੇ ਸਨ ਪਰ ਪਿਤਾ ਦਾ ਹੁਕਮ ਸੋ 7 ਵਜੇਨ ਕਰਕੇ ਮੰਨ ਲਿਆ ਆ ਗਿਆ ਲੈਣ ਲਈ ਮਾਂ ਕੋਲ ਗਿਆ ਮਾਤਾ ਪਿਤਾ ਦਾ ਹੁਕਮ ਹੈ ਲਾਹੌਰ ਜਾਣਾ ਹੈ ਬੜਾ ਦੂਰ ਪਤਾ ਨਹੀਂ ਕਿੰਦੇ ਇਹ ਵੀ ਕਹਤਾ ਹੁਕਮ ਕਿ ਜਦ ਤੱਕ ਸੱਦੀਏ ਨਾ ਉਦ ਤੱਕ ਆਉਣਾ ਨਹੀਂ ਪਤਾ ਨਹੀਂ ਕਿੰਨੇ ਦਿਨ ਦੂਰ ਰਹਿਣਾ ਪਵੇਗਾ ਵਿਛੋੜੇ ਨੂੰ ਕਿਦਾਂ ਝੱਲਾਂਗਾ ਤੇ ਮਾਤਾ ਨੇ ਜਿਹੜੀ ਅਸੀਸ ਦਿੱਤੀ ਨਾ ਉਸ ਅਸੀਸ ਨੂੰ ਬਾਅਦ ਚ ਗੁਰਗੱਦੀ ਤੇ ਬੈਠ ਕੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਗੁਜਰੀ ਦਾਗ ਦੇ ਵਿੱਚ ਬਾਣੀ ਦੇ ਤੌਰ ਤੇ ਸਾਡੇ ਲਈ ਉਚਾਰ ਦਿੱਤਾ ਤੇ ਉਹਦੀ ਰਹਾਉ ਵਾਲੀ ਪੰਕਤੀ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਣਾ ਸ਼ਬਦ ਲੰਮਾ ਹੈ ਮੈਂ ਰਹਾਉ ਵਾਲੀ ਪੰਕਤੀ ਸਾਂਝੀ ਕਰਨੀ ਆ ਸ਼ਬਦ ਲੰਮਾ ਹੈ ਰਹਾਉ ਵਾਲੀ ਪੰਕਤੀ ਹੈ ਪੂਤਾ ਮਾਤਾ ਨੇ ਅਸੀਸ ਦਿੱਤੀ ਗੁਰੂ ਅਰਜਨ ਦੇਵ ਨੇ ਸਾਡੇ ਲਈ ਉਹ ਸੇਧ ਦਿੱਤੀ ਕਿ ਮਾਤਾ ਨੇ ਮੈਨੂੰ ਕੀ ਅਸੀਸ ਦਿੱਤੀ ਜਾਣ ਲੱਗਿਆ ਕਿ ਤੇਰਾ ਦਿਲ ਲੱਗੇਗਾ ਉਥੇ ਇੱਕੋ ਹੀ ਤਰੀਕਾ ਹੈ ਮਾਂ-ਬਾਪ ਤੋਂ ਦੂਰ ਰਹਿ ਕੇ ਦਿਲ ਲਾਉਂਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਇੱਕੋ ਇੱਕ ਤਰੀਕਾ ਹੈ ਕਿ ਤੂੰ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਨਹੀਂ ਤੇ ਮਾਤਾ ਨੇ ਕੀ ਆਖਿਆ ਮਾਤਾ ਨੇ ਆਖਿਆ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਤੂੰ ਇੱਕ ਵੀ ਨਿਮਖ ਦੇ ਲਈ ਪ੍ਰਮਾਤਮਾ ਤੋਂ ਨਾ ਵਿਸਰੇ ਪ੍ਰਮਾਤਮਾ ਦੇ ਨਾਮ ਤੋਂ ਨਾ ਵਿਸਰੇ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਹਰੀ ਹਰੀ ਦਾ ਜਾਪ ਕਰਦਾ ਰਹੇ ਵਾਹਿਗੁਰੂ ਦਾ ਜਾਪ ਕਰਦਾ ਰਹੇ ਸਦਾ ਭਜੋ ਜਗਦੀਸ਼ ਉਹ ਪ੍ਰਮਾਤਮਾ ਦਾ ਸਦਾਈ ਨਾਮ ਜਪਦਾ ਰਹੇ ਤੇਰੇ ਦੁੱਖ ਤੇਰੇ ਬਿਰਹਾ ਤੇਰੇ ਵਿਛੋੜਾ ਨੇੜੇ ਨਹੀਂ ਆਏਗਾ ਅਰੇ ਤੇ ਇਕ ਗੱਲ ਹੋਰ ਕਿ ਸ਼ਬਦ ਦੇ ਵਿੱਚ ਮੈਂ ਪਹਿਲੀਆਂ ਪੰਕਤੀਆਂ ਵੀ ਸਾਂਝੀਆਂ ਕਰਨ ਬਾ ਬੇਸ਼ੱਕ ਅਰੰਭ ਵਾਲੀਆਂ ਪੰਕਤੀਆਂ ਨੂੰ ਦੋ ਸਾਂਝੀਆਂ ਕਰ ਲਵਾਂ ਇਹ ਰਹਾਉ ਵਾਲੀਆਂ ਪੰਕਤੀਆਂ ਨੇ ਅਰੰਭ ਵਾਲੀਆਂ ਪੰਕਤੀਆਂ 'ਚ ਗੱਲ ਬੜੀ ਕਮਾਲ ਦੀ ਕਹੀ ਹੈ ਇੱਕ ਸਿਧਾਂਤ ਦੀ ਗੱਲ ਕਹੀ ਹੈ ਆਮ ਤੌਰ ਤੇ ਆਪਾਂ ਗੁਰਬਾਣੀ ਜਦੋਂ ਪੜ੍ਹਦੇ ਆਪਾਂ ਕਹਿੰਦੇ ਆ ਜ਼ਿਕਰ ਵੀ ਕੀਤਾ ਆਸਾ ਦੀ ਵਾਰ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਤੈਨੂੰ ਪਿੱਤਰਾਂ ਦੇ ਸਰਾਧ ਕਰਾਉਣ ਦੀ ਲੋੜ ਨਹੀਂ ਕਿਉਂਕਿ ਹਾਰਕ ਨੇ ਹਰ ਮਨੁੱਖਰੇ ਆਪੋ ਆਪਣੇ ਕਰਮਾਂ ਦਾ ਫਲ ਲੈਣਾ ਹੈ ਕਰਮੀ ਆਪੂ ਆਪਣੀ ਕਿਨੇੜੇ ਕੇ ਦੂਰ ਕੋਈ ਦੂਜੇ ਲਈ ਕੁਝ ਨਹੀਂ ਕਰ ਸਕਦਾ ਪਰ ਇਹ ਸ਼ਬਦ ਦੇ ਵਿੱਚ ਮਾਤਾ ਨੇ ਪੁੱਤਰ ਨੂੰ ਸਿੱਖਿਆ ਦਿੰਦਿਆਂ ਹੋਇਆਂ ਮਾਤਾ ਭਾਨੀ ਜੀ ਨੇ ਪੁੱਤਰ ਗੁਰੂ ਅਰਜਨ ਦੇਵ ਨੂੰ ਸਿੱਖਿਆ ਦਿੰਦਿਆਂ ਹੋਇਆ ਜੇ ਗੁਰੂ ਅਰਜਨ ਦੇਵ ਜਦੋਂ ਗੁਰੂ ਨਹੀਂ ਜਨਮ ਬਣੇ ਉਦੋਂ ਬਚਪਨ ਦੇ ਵਿੱਚ ਸਿੱਖਿਆ ਦਿੰਦਿਆਂ ਹੁੰਦੇ ਆ ਗੱਲ ਕਹੀ ਸੀ ਗੁਰੂ ਅਰਜਨ ਦੇਵ ਨੇ ਉਹਨੂੰ ਬਾਣੀ ਬਣਾ ਕੇ ਉੱਤੇ ਮੋਹਰ ਲਾ ਦਿੱਤੀ ਆਪ ਸ਼ਬਦ ਲਿਖ ਕੇ ਕਿ ਉਹ ਇਹ ਸ਼ਬਦ ਦੀ ਆਰੰਭ ਵਾਲੀਆਂ ਤੁਕਾਂ ਨੇ ਕਿ ਬੇਸ਼ੱਕ ਤੁਸੀਂ ਕੋਈ ਸਰਾਧ ਕਰਕੇ ਕੋਈ ਦਾਨ ਕਰਕੇ ਕੋਈ ਪੁੰਨ ਕਰਕੇ ਆਪਣੇ ਪਿਤਰਾਂ ਦਾ ਉਧਾਰ ਨਹੀਂ ਕਰ ਸਕਦੇ ਪਰ ਤੁਸੀਂ ਉਧਾਰ ਕਰ ਸਕਦੇ ਹੋ ਪਿਤਰਾਂ ਦਾ ਗੁਰੂ ਅਰਜਨ ਦੇਵ ਜੀ ਨੇ ਮੋਹਰ ਲਾਈ ਵੱਡਿਆਂ ਦਾ ਵੀ ਉਧਾਰ ਕਰ ਸਕਦੇ ਹੋ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਉਧਾਰ ਕਰ ਸਕਦੇ 21 21 ਕੁਲਾ ਧਰ ਸਕਦੀਆਂ ਨੇ ਪਰ ਤਰੀਕਾ ਇੱਕੋ ਇੱਕ ਹੈ ਕਿ ਉਹਦੇ ਲਈ ਕੋਈ ਸਰਾਧ ਕਰਨ ਦੀ ਲੋੜ ਨਹੀਂ ਉਹਦੇ ਲਈ ਕੋਈ ਬਹੁਤ ਵੱਡੇ ਪੁੰਨ ਦਾਨ ਕਰਨ ਦੀ ਲੋੜ ਨਹੀਂ ਉਹਦੇ ਲਈ ਨਾਮ ਜਪਣ ਦੀ ਲੋੜ ਹੈ ਪਰ ਸ਼ਬਦ ਦੀ ਇਹ ਸ਼ਬਦ ਜਿਹੜਾ ਨਾ ਗੁਰੂ ਦੀ ਲਾਗ ਵਾਲਾ ਗੁਰੂ ਅਰਜਨ ਦੇਵ ਦਾ ਸ਼ਬਦ ਮਾਤਾ ਦੀਆਂ ਸੀਸ਼ਨਾ ਜੁੜ ਕੇ ਜਿਹੜੀਆਂ ਜਿਹੜੇ ਸ਼ਬਦੀਆਂ ਇਹ ਤੁਕਾਂ ਨੇ ਪੰਕਤੀਆਂ ਨੇ ਪੂਤਾ ਮਾਤਾ ਕੀ ਅਸੀਸ ਉਹ ਸ਼ਬਦੀ ਸ਼ੁਰੂਆਤ ਹੁੰਦੀ ਹੈ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਆਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਬਾਰੋ ਮਾਤਾ ਦੀ ਦਿੱਤੀ ਹੋਈ ਸੀਸ ਕਿ ਜਿਸ ਸਿਮਰਤ ਸਭ ਕਿਲਵਿਕ ਨਾਸੀ ਜਿਹਦੇ ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਨਾਲ ਸਾਰੇ ਕਿਲਵਿਕ ਸਾਰੇ ਦੁੱਖ ਸਾਰੇ ਦਲਿੱਦਰ ਸਾਰੇ ਪਾਪ ਸਾਰਾ ਕੁਝ ਦੂਰ ਹੋ ਜਾਂਦਾ ਹੈ ਜਿਸ ਸਿਮਰਤ ਸਭ ਕਿਲਵਿਕ ਨਾਸੀ ਪਿਤਰੀ ਹੋਏ ਆਧਾਰੋ ਜਿਹਦੇ ਨਾਲ ਪਿਤਰਾ ਦਾ ਵੀ ਆਧਾਰ ਹੋ ਜਾਂਦਾ ਵੱਡਿਆਂ ਦਾ ਜਿਹੜੇ ਪਹਿਲਾਂ ਜਾ ਚੁੱਕੇ ਨੇ ਉਹਨਾਂ ਦਾ ਵੀ ਆਧਾਰ ਹੋ ਸਕਦਾ ਹੈ ਉਹਨਾਂ ਨੂੰ ਵੀ ਉਹਦਾ ਫਾਇਦਾ ਹੁੰਦਾ ਹੈ ਜਿਸ ਸਿਮਰਤ ਸਭ ਕਿਲਵਿਕ ਨਾਸੀ ਪਿਤਰੀ ਹੋਏ ਆਧਾਰੋ ਸੋ ਹਰ ਹਰ ਤੁਮ ਸਾਦੀ ਹੀ ਜਾਪੋ ਜਾ ਕਾਂਤ ਨਾ ਪਾਰੋ ਉਸ ਪ੍ਰਮਾਤਮਾ ਜਿਹਦਾ ਕੋਈ ਅੰਤ ਨਹੀਂ ਕੋਈ ਪਾਰ ਨਹੀਂ ਕੋਈ ਅੰਤ ਪਾ ਨਹੀਂ ਸਕਦਾ ਜਿਹੜਾ ਅਨੰਤ ਹੈ ਜਿਹੜਾ ਅਨੰਤ ਹੈ ਬੇਅੰਤ ਹੈ ਸੀਮਾ ਹੈ ਥਾ ਹੈ ਅਗੰਭ ਹੈ ਉਹ ਤੋੜ ਹੈ ਅਡੋਲ ਹੈ ਉਹ ਪ੍ਰਮਾਤਮਾ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਸੋ ਹਰ ਹਰ ਸਦਾ ਹੀ ਜਪਦੇ ਰਹਿਣਾ ਚਾਹੀਦਾ ਹੈ ਸਦਾ ਹੀ ਜਪਦੇ ਰਹਿਣਾ ਚਾਹੀਦਾ ਹੈ ਤੁਸੀਂ ਵੀ ਉਹਦੇ ਗੁਣਾਂ ਦੇ ਵਾਲੇ ਬਣ ਜਾਓਗੇ ਲੋਕ ਤੁਹਾਡੇ ਬਾਰੇ ਵੀ ਕਹਿਣਗੇ ਉਹ ਸੀਮਾ ਹੈ ਉਹ ਦੂਰ ਹੈ ਉਹ ਦੂਰ ਹੈ ਜਿਹਦੇ ਨਾਮ ਨਾਲ ਜੁੜ ਗਿਆ ਤਾਂ ਉਹਦਾ ਪ੍ਰਕਾਸ਼ ਤੁਹਾਡਾ ਵੀ aura ਬਣ ਜਾਵੇਗਾ ਉਸ ਪ੍ਰਮਾਤਮਾ ਦੇ ਨਾਮ ਦਾ ਪ੍ਰਕਾਸ਼ ਤੁਹਾਡਾ ਵੀ aura ਬਣ ਜਾਵੇਗਾ ਪਰ ਜਪਣਾ ਪਵੇਗਾ ਇਹ ਮਾਤਾ ਪਾਨੀ ਜਿਹਦੀ ਗੁਰੂ ਅਰਜਨ ਦੇਵ ਜੀ ਨੂੰ ਸਿੱਖਿਆ ਹੈ ਤੇ ਜਦੋਂ ਗੁਰੂ ਅਰਜਨ ਦੇਵ ਜੀ ਤਤੀ ਤਵੀ ਦੇ ਬੈਠੇ ਸਨ ਨਾ ਉਹਦੇ ਬਾਰੇ ਇਤਿਹਾਸ ਦੀ ਗੱਲ ਕਰਦਿਆਂ ਕਰਦਿਆਂ ਸਾਡੇ ਜਿਹੜੇ ਪ੍ਰਾਤਨ ਲਿਖਾਰੀ ਸਨ ਜਿਨ੍ਹਾਂ ਨੇ ਗੁਰੂ ਨੂੰ ਨੇੜੇ ਹੋ ਕੇ ਦੇਖਿਆ ਸੀ ਜਿਨ੍ਹਾਂ ਨੂੰ ਗੁਰੂ ਜਿਨ੍ਹਾਂ ਨੇ ਗੁਰੂ ਨੂੰ ਨੇੜੇ ਹੋ ਕੇ ਸਮਝਿਆ ਸੀ ਜਿਨ੍ਹਾਂ ਨੇ ਗੁਰੂ ਨੂੰ ਅਣਪਪ ਦੇ ਤੌਰ ਤੇ ਸਮਝਿਆ ਸੀ ਸਾਡੇ ਲਖਾਰੀ ਬੇਸ਼ੱਕ ਸੂਰਜ ਪ੍ਰਕਾਸ਼ ਵਾਲੇ ਹੋਣ ਬੇਸ਼ੱਕ ਪੰਥ ਪ੍ਰਕਾਸ਼ ਵਾਲੇ ਹੋਣ ਬੇਸ਼ੱਕ ਸੋਢੀ ਚਮਤਕਾਰ ਵਾਲੇ ਹੋਣ ਤੇ ਬੇਸ਼ੱਕ ਭਾਈ ਵੀਰ ਸਿੰਘ ਜੀ ਅਸ਼ਟਗੁਰੂ ਚਮਤਕਾਰ ਵਾਲੇ ਹੋਣ ਉਹ ਕਿੰਨੇ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਤਤੀ ਤਵਿੱਧੀ ਬਿਠਾਇਆ ਗਿਆ ਨਾ ਦੁਨੀਆ ਦਾ ਹਰ ਤਰ੍ਹਾਂ ਦਾ ਸੇਖ ਮਨੋਕਰੂ ਨਹੀਂ ਪੌਂਦਾ ਤਤੀਵਾਣਾ ਤੱਕ ਨਹੀਂ ਲੱਗਦੀ ਜੇ ਮਾਂ ਦੀ ਅਸੀਸ ਉਹਦੇ ਨਾਲ ਹੋਵੇ ਜੇ ਮਾਂ ਨੇ ਅਸੀਸ ਦਿੱਤੀ ਹੈ ਦਿਲੋਂ ਮਲ ਪੂਰੇ ਤਰ੍ਹਾਂ ਕਿ ਤੈਨੂੰ ਪਤਾ ਤਤੀਵਾਣਾ ਲੱਗੇ ਤੇ ਫਿਰ ਬੈ ਸ਼ਾਹ ਨੂੰ ਤਤੀ ਤਵੀ ਤੇ ਵੀ ਬਿਠਾ ਦਿਓ ਮਾਂ ਦੀ ਤਪੱਸਿਆ ਮਾਂ ਦੀ ਸਾਧਨਾ ਉਹਨੂੰ ਤਤੀਵਾਣਾ ਨਹੀਂ ਲੱਗਣ ਦੇਵੇਗੀ ਗੁਰੂ ਅਰਜਨ ਦੇਵ ਤਤੀ ਤਵੀ ਤੇ ਬੈਠੇ ਮਾਂ ਦੀ ਅਸੀਸ ਨਾਲ ਸੀ ਪੁੱਤਾ ਮਾਤਾ ਕੀ ਅਸੀਸ ਨਿਮਖਣਾਵੇ ਸ੍ਰੋਤਮਕੋ ਹਰ ਹਰ ਸਦਾ ਪਜੋ ਜਗਦੀਸ਼ ਗੁਰਬਾਣੀ ਨੇ ਕਵਾਈ ਦਿੱਤੀ ਹੈ ਮਾਂ ਦੀ ਉਸ ਇਸ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਮੈਂ ਪਿਛਲੇ ਦਿਨਾਂ ਚ ਕਿਤਾਬ ਪੜ ਰਿਆ ਸੀ ਰਿਸ਼ਤਿਆਂ ਲਈ ਰੋਸ਼ਨੀ ਸਾਡੇ ਲੰਡਨ ਦੀ ਲਿਖਾਰੀ ਨੇ ਮਧੂ ਕਾਲੀਆ ਜੀ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ ਸ਼ਾਇਦ ਪੰਜਾਬੀ ਦੇ ਵਿੱਚ ਰਿਸ਼ਤਿਆਂ ਲਈ ਰੋਸ਼ਨੀ ਦੇਣ ਵਾਲੀਆਂ ਕਿਤਾਬਾਂ ਨਹੀਂ ਬਹੁਤੀਆਂ ਲਿਖੀਆਂ ਗਈਆਂ ਕੋਈ ਇੱਕ ਅੱਧੀ ਕੋਈ ਸ਼ਾਇਦ ਤੇ ਬਿਹਤਰੀਨ ਕਿਤਾਬ ਹੈ ਤੁਹਾਡਾ ਰਿਸ਼ਤੇ ਕਿਹੋ ਜਿਹਾ ਹੋਵੇ ਔਰ ਉਹਦੇ ਵਿੱਚੋਂ ਕਿਤਾਬ ਦੇ ਵਿੱਚ ਗੱਲ ਕਰਦੇ ਨੇ ਕਿ ਜਿਹੜੀ ਮਾਂ ਹੈ ਉਹ ਸਾਰਿਆਂ ਰਿਸ਼ਤਿਆਂ ਦਾ ਮੁੱਢ ਹੈ ਤੁਸੀਂ ਕਿਸੇ ਦੇ ਪੁੱਤੋਂ ਮਾਂ ਕਰਕੇ ਤੁਸੀਂ ਕਿਸੇ ਦੇ ਭਰਾ ਹੋ ਮਾਂ ਕਰਕੇ ਤੁਸੀਂ ਕਿਸੇ ਦੀ ਭੈਣ ਹੋ ਮਾਂ ਕਰਕੇ ਇਹ ਸੰਸਾਰ ਵੀ ਤੁਹਾਡਾ ਆਉਣਾ ਹੀ ਮਾਂ ਕਰਕੇ ਮਾਂ ਸਾਰੇ ਰਿਸ਼ਤਿਆਂ ਦੀ ਜੜਾ ਮੁੱਢ ਹੈ ਤੇ ਉਹਨਾਂ ਨੇ ਮਾਂ ਦਾ ਰਿਸ਼ਤਾ ਦਾ ਜਿੱਥੇ ਲਿਖ ਲਿਖਿਆ ਸੀ ਮਾਂ ਦੇ ਨਾਲ ਰਿਸ਼ਤਾ ਸੀ ਮਨੁੱਖ ਨੂੰ ਕਿਦਾਂ ਦਾ ਰੱਖਣਾ ਚਾਹੀਦਾ ਮਾਂ ਹੈ ਕਿ ਹੋ ਜਾਈ ਉਹਦੇ ਮਾਰੇ ਉਹਨਾਂ ਕਾਵੇ ਰੂਪ ਚ ਦੋ ਪੰਕਤੀਆਂ ਵੀ ਲਿਖੀਆਂ ਸਨ ਕਿ ਗਿਆਨ ਦੁਨੀਆ ਦਾ ਗਿਆਨ ਜੋ ਸਾਰਾ ਮਾਂ ਦੇ ਕੋਲ ਹੈ ਹੁੰਦਾ ਦੁਨੀਆ ਦਾ ਗਿਆਨ ਜੋ ਸਾਰਾ ਮਾਂ ਦੇ ਕੋਲ ਹੈ ਹੁੰਦਾ ਹਰ ਦੁੱਖ ਦਰਦ ਦੀ ਦਵਾਈ ਮਾਂ ਦਾ ਇੱਕ ਬੋਲ ਹੈਂਦਾ ਮਾਂ ਦੇ ਬੋਲਾਂ ਦੇ ਵਿੱਚ ਮਾਂ ਦੀ ਬਖਸ਼ਿਸ਼ ਦੇ ਵਿੱਚ ਮਾਂ ਦੀ ਅਸੀਸ ਦੇ ਵਿੱਚ ਹਰ ਤਰ੍ਹਾਂ ਦੇ ਦੁੱਖਾਂ ਦਰਦਾਂ ਤੋਂ ਨਜਾਤ ਮਿਲ ਜਾਂਦੀ ਹੈ ਜਿਹੜਾ ਮਾਂ ਦੀ ਛਾਂ ਦੇ ਥੱਲੇ ਬੈਠਾ ਹੈ ਨਾ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕਰ ਲਈਏ ਮਾਂ ਵਰਗਾ ਕੁੜਸ਼ਾਵਾਂ ਬੂਟਾ ਮੈਨੂੰ ਨਦਰ ਨਾ ਆਵੇ ਜਿਸ ਤੋਂ ਲੈ ਕੇ ਛਾਂ ਉਦੇਲਾ ਛਾਂ ਉਦਾਰੀ ਰੱਬ ਨੇ ਸਵਰਗ ਬਣਾਇਆ ਮਾਂ ਸਭ ਤੋਂ ਕਨੇ ਰਾਜਸਤਾ ਤੋਪ ਹੋਵੇ ਜਾਂ ਛਾਂ ਹੋਵੇ ਹਰ ਥਾਂ ਤੇ ਵਸਦੀ ਮਾਂ ਹੋਵੇ ਦੁਨੀਆ ਦੇ ਦੁੱਖ ਤੇ ਸੁੱਖ ਮਨੁੱਖ ਤੋ ਬੁੱਤੇ ਸ਼ਾਨ ਜਿੱਦੂ ਆਪਾਂ ਕਹਿ ਦਿੰਨੇ ਆ ਉਹਨੂੰ ਮਨੁੱਖ ਜਿਉਂ ਮਾਂ ਦੀ ਅਸੀਸ ਉਹਦੇ ਨਾਲ ਹੈ ਤਾਂ ਉਹਨੂੰ ਹੱਥ ਕੇ ਮਨੁੱਖ ਜਰ ਲੈਂਦਾ ਹੈ ਹੱਥ ਕੇ ਜਰ ਲੈਂਦਾ ਹੈ ਮਾਂ ਦੀ ਇਹਨਾਂ ਸਾਰੀਆਂ ਗੁਨਾ ਨਾ ਮਿਲ ਕੇ ਮੈਂ ਗੱਲ ਨੂੰ ਗਾਂ ਤੋਂ ਰੋ ਤੋਂ ਪਹਿਲਾਂ ਗੱਲ ਸਾਂਝੀ ਕਰਦਾ ਜਾਵਾਂ ਇੱਕ ਗੀਤ ਮੇਰੀ ਕਲਮ ਤੇ ਵੀ ਆਇਆ ਸੀ ਰੱਬ ਵਰਗੀ ਮਾਂ ਮਾਂ ਦੀ ਅਸੀਸ ਕੀ ਹੈ ਮਾਂ ਦੀਆਂ ਬਖਸ਼ਿਸ਼ਾਂ ਨਾਲ ਜੁੜ ਕੇ ਮਾਂ ਦੀ ਮਾਂ ਸਾਨੂੰ ਸਿਖਾਉਂਦੀ ਕੀ ਹੈ ਉਹਦੇ ਨਾਲ ਜੁੜ ਕੇ ਮਾਂ ਦੇ ਸੀ ਕਿਤੇ ਕੋ ਕਰਜਦਾਰ ਹੈ ਉਹਦੇ ਨਾਲ ਜੁੜ ਕੇ ਮੈਂ ਚਾਹੁੰਦਾ ਕਿ ਕੋਈ ਸ਼ਬਦ ਵੀ ਗੀਤ ਦੇ ਬੋਲ ਤੁਹਾਡੇ ਨਾਲ ਇਹ ਬਿਲਕੁਲ ਬੋਲ ਕੇ ਸਾਂਝੇ ਕਰ ਲਵਾਂ ਰੱਬ ਦਾ ਤੂੰ ਰੂਪ ਹੈ ਅਸਲੀ ਅਸੀਂ ਤੈਨੂੰ ਮਾਂ ਕਹਿੰਦੇ ਹਾਂ ਰੱਬ ਕਿਸੇ ਨੇ ਨਹੀਂ ਦੇਖਿਆ ਪਰ ਮਾਂ ਹਰਕ ਨੇ ਦੇਖੀ ਆ ਤੇ ਜਿਨੇ ਆਪਣੀ ਮਾਂ ਦੇ ਵਿੱਚੋਂ ਆਪਣਾ ਰੱਬ ਦੇਖ ਲਿਆ ਸਮਝ ਲਓ ਉਹਨੂੰ ਕਿਤੇ ਹੋਰ ਪਿੰਦਰ ਜਾਣ ਦੀ ਲੋੜ ਨਹੀਂ ਸੰਤ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਵਾਲਿਆਂ ਕੋਈ ਕੋ ਜਾਣਦਾ ਹੁੰਦਾ ਸੀ ਨਾ ਜਦੋਂ ਤੇ ਆ ਕੇ ਉੱਥੇ ਸੇਵਾ ਕਰਨੀ ਜਦੋਂ ਤੇਨੇ ਕਹੜਾ ਆਪਣੀ ਮਾਂ ਦੀ ਸੇਵਾ ਕੀਤੀ ਐ ਪਿਤਾ ਦੀ ਸੇਵਾ ਕੀਤੀ ਐ ਜੇ ਇੱਛਾ ਆਕੇ ਤੁਸੀਂ ਜਿੱਦੀ ਮਰਜ਼ੀ ਸੇਵਾ ਕਰੀ ਜਾਓ ਜੇ ਮਾਂ ਦੀ ਸੇਵਾ ਨਹੀਂ ਕੀਤੀ ਜੇ ਪਿਤਾ ਦੀ ਸੇਵਾ ਨਹੀਂ ਕੀਤਾ ਤੁਸੀਂ ਘਰੋਂ ਦੁੱਧ ਦੇ ਛੰਨੇ ਭਰ ਕੇ ਲਿਆਇਆ ਦੁੱਧ ਦੇ ਤੁਸੀਂ ਬਲਟੋਏ ਭਰ ਕੇ ਲਿਆਇਆ ਪਰ ਜੇ ਇੱਕ ਛੰਨਾ ਆਪਣੀ ਮਾਂ ਨੂੰ ਦੁੱਧਾ ਨਹੀਂ ਪਾਇਆ ਤੇ ਭਾਵੇਂ ਬਲਟੋਏ ਵੀ ਗੁਰਦੁਆਰੇ ਚ ਮੰਦਰਾ ਚ ਦੇਰਿਆ ਚ ਲੈ ਕੇ ਚਲ ਜਾਓ ਮਾਂ ਤੁਹਾਡੀ ਦੁੱਧ ਦੇ ਛੰਨੇ ਨੂੰ ਤਰਸਦੀ ਐ ਤਾਂ ਤੁਹਾਡਾ ਦਿੱਤਾ ਹੋਇਆ ਬਲਟੋਆ ਵੀ ਐਵੇਂ ਜਾਣਾ ਹੈ ਬਬਨਾਂ ਸਿੰਘ ਬੜੀਆਂ ਸਾਖੀਆਂ ਨੇ ਹੋਈਆਂ ਉਹਨਾਂ ਦੇ ਨਾਲ ਜੁੜ ਗਏ ਕਿ ਪਹਿਲਾ ਮਾਂ ਦੀ ਸੇਵਾ ਜਿਹਦੇ ਘਰ ਚ ਮਾਂ ਬੈਠੀ ਆ ਬਜ਼ੁਰਗ ਜਿਹਦੇ ਘਰ ਚ ਪਿਤਾ ਬੈਠਾ ਹੈ ਬਜ਼ੁਰਗ ਉਹਨਾਂ ਦੀ ਸੇਵਾ ਕਰ ਲੈ ਉਹਨੂੰ ਕਿਤੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਉਹਨਕੇ ਦੀ ਹੋਰ ਕਿਸੇ ਸੇਵਾ ਕਰਨ ਦੀ ਲੋੜ ਨਹੀਂ ਸੇਵਾ ਦੀ ਚਿੰਗ ਜਿਹਨੂੰ ਸੇਵਾ ਦੀ ਚੇਟ ਜਿਹਨੂੰ ਆਪਣੇ ਮਾਂ ਪਿਓ ਤੋਂ ਨਹੀਂ ਮਿਲੀ ਉਹਨੂੰ ਕਦੇ ਹੋਰ ਮਿਲ ਹੀ ਨਹੀਂ ਸਕਦੀ ਤੇ ਸਾਰਿਆਂ ਸਿਖਿਆਵਾਂ ਨਾਲ ਜੋੜ ਕੇ ਮੈਂ ਗੀਤ ਦੀ ਗੱਲ ਕਰ ਰਿਹਾ ਸਾਰ ਰੱਬ ਦਾ ਤੂ ਰੂਪ ਹੈ ਅਸਲੀ ਅਸੀਂ ਤੈਨੂੰ ਮਾਂ ਕਹਿੰਦੇ ਹਾਂ ਰਿਸ਼ੀਆਂ ਦੀ ਜੰਨੀ ਹੈ ਤੂੰ ਰੱਬ ਤੈਨੂੰ ਤਾ ਕਹਿੰਦੇ ਹਾਂ ਮਿਸ਼ਰੀ ਤੋਂ ਮਿੱਠੇ ਪਿਆਰੇ ਅੰਮਾ ਦੇ ਬੋਲ ਨੇ ਹੁੰਦੇ ਦੁਨੀਆ ਦੇ ਸੁੱਖ ਜੋ ਸਾਰੇ ਚਰਨਾਂ ਦੇ ਕੋਲ ਦੇ ਹੁੰਦੇ ਤਿੱਖੇ ਦੁਪਾਰੇ ਅੰਦਰ ਸੰਗਣੀ ਜੀ ਸ਼ਾ ਕਹਿੰਦੇ ਹਾਂ ਰਿਸ਼ੀਆਂ ਦੀ ਜੰਨੀ ਹੈ ਤੂੰ ਰੱਬ ਤੈਨੂੰ ਤਾਂ ਕਹਿੰਦੇ ਹਾਂ ਸਭਨਾ ਨੂੰ ਜੰਮੇ ਜਾਏ ਸਭਨਾ ਦੀ ਪਾਲਕ ਹੈ ਤੂੰ ਲੋਰੀ ਦੇ ਲਾਡ ਲੜਾਏ ਜਗ ਦੀ ਮਾਲਕ ਹੈ ਤੂੰ ਜਿੱਥੇ ਮਾਂ ਪੈਰ ਤੂੰ ਰੱਖੈਂ ਚੁੰਮੀਆਂ ਉਹ ਥਾਂ ਕਹਿੰਦੇ ਹਾਂ ਰਿਸ਼ੀਆਂ ਦੀ ਜੰਨੀ ਹੈ ਤੂੰ ਰੱਬ ਤੈਨੂੰ ਤਾਂ ਕਹਿੰਦੇ ਹਾਂ ਤਜਰਬੇ ਨੂੰ ਪੜਨੇ ਪਾਉਂਦਾ ਸੱਚਾ ਗਿਆਨ ਹੈ ਤੇਰਾ ਅਨੁਭਵ ਦੀ ਨਬਜ ਹਟੋਂਦਾ ਸੁੱਚਾ ਧਿਆਨ ਹੈ ਤੇਰਾ ਪੈਗੰਬਰ ਵੀ ਤੇਰੀ ਕੱਖੋਂ ਦਿਲ ਤੋਂ ਹੀ ਹਾਂ ਕਹਿੰਦੇ ਹਾਂ ਰਿਸ਼ੀਆਂ ਦੀ ਜੰਨੀ ਹੈ ਤੂੰ ਰੱਬ ਤੈਨੂੰ ਤਾਂ ਕਹਿੰਦੇ ਹਾਂ ਸਿਖਰਾਂ ਦੇ ਸੂਰਜ ਸਾਂ ਸਿਖਰਾਂ ਦੇ ਸੂਰਜ ਸਾਂ ਮਾਂ ਦੀ ਇੱਕ ਝਾਲ ਨਾ ਚੱਲੇ ਪੁੰਨਿਆਂ ਦੇ ਚੰਨ ਅਨੇਕਾਂ ਮਾਂ ਤੋਂ ਨੇ ਸਾਰੇ ਈ ਥੱਲੇ ਰਾਣੇ ਦੀ ਓਟਾ ਇੱਕੋ ਰਾਣੇ ਦੀ ਓਟਾ ਇੱਕੋ ਮਾਂ ਦਾ ਬਸ ਨਾ ਲੈਂਦੇ ਹਾਂ ਰਿਸ਼ੀਆਂ ਦੀ ਜਨਨੀ ਹੈ ਤੂੰ ਰੱਬ ਤੈਨੂੰ ਤਾਂ ਕਹਿੰਦੇ ਹਾਂ ਰੱਬ ਦਾ ਤੂੰ ਰੂਪ ਹੈ ਅਸਲੀ ਅਸੀਂ ਤੈਨੂੰ ਮਾਂ ਕਹਿੰਦੇ ਹਾਂ ਰਿਸ਼ੀਆਂ ਦੀ ਜਨਨੀ ਹੈ ਤੂੰ ਰੱਬ ਤੈਨੂੰ ਤਾਂ ਕਹਿੰਦੇ ਹਾਂ ਕਾਸ਼ ਸਾਡੇ ਘਰਾਂ 'ਚ ਵੀ ਮਾਵਾ ਹੋਣ ਜਿਨ੍ਹਾਂ ਨੇ ਸਵਾ ਸਵਾ ਮਨ ਦਾ ਪੀਸਣਾ ਤਾਂ ਪੀਸ ਲਿਆ ਪਰ ਸਿੱਖੀ ਨਹੀਂ ਛੱਡੀ ਕਾਸ਼ ਅੱਜ ਵੀ ਉਹ ਮਾਵਾਂ ਹੋਣ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਤਾਂ ਗਲਾਂ ਚ ਚਪਵਾ ਲੈ ਪਰ ਉਹਨਾਂ ਨੂੰ ਸਿੱਖੀ ਤੋਂ ਦੂਰ ਨਹੀਂ ਜਾਣ ਦਿੱਤਾ ਆਪ ਸਿੱਖੀ ਤੋਂ ਦੂਰ ਨਹੀਂ ਗਏ ਆ ਸਿੱਖੀ ਸਦਕਾ ਤੋਂ ਦੂਰ ਨਹੀਂ ਗਏ ਕਿਉਂਕਿ ਕੌਮ ਦੀ ਮਾਂ ਮજબૂત ਸੀ ਤੇ ਕੌਮ ਦੇ ਬੱਚਿਆਂ ਦੇ ਸਿਰਾਂ ਦੇ ਮੁੱਲ ਵੀ ਪੈਂਦੇ ਰਹਿ ਪਰ ਮਾਂ ਮજબૂત ਸੀ ਕੌਮ ਨੇ ਹਰ ਤਰ੍ਹਾਂ ਦੇ ਜ਼ੁਲਮ ਚੋਂ ਲੰਘ ਕੇ ਹਰ ਤਰ੍ਹਾਂ ਦੀ ਜ਼ਬਰ ਚੋਂ ਲੰਘ ਕੇ ਕਲੂ ਘਾਰੇ ਚੋਂ ਲੰਘ ਕੇ ਰਾਜ ਪ੍ਰਾਪਤ ਕੀਤਾ ਤਖਤਾਂ ਦੀ ਮਾਲਕ ਬਣ ਗਏ ਕਿਉਂਕਿ ਮਾਂ ਮਜ਼ਬੂਤ ਸੀ ਕਾਮਦੀ ਮਾਂ ਮਜ਼ਬੂਤ ਸੀ ਕਾਮਦੀ ਭੈਣ ਮਜ਼ਬੂਤ ਸੀ ਇਸੇ ਕਰਕੇ ਬੇਸ਼ੱਕ ਬਦਾਵੀਏ ਬਣ ਕੇ ਸਿੰਘ ਆਏ ਪਰ ਮਾਂ ਨੇ ਭੈਣ ਨੇ ਫਿਰ ਦੁਬਾਰਾ ਤੋੜ ਲਿਆ ਮਾਂ ਅਜ ਦੀ ਮਾਂ ਆਖਿਆ ਜਾਂਦਾ ਹੈ ਕਿ ਜੂੜਾ ਬੋਣ ਤੋਂ ਅਨਕਾਰੀ ਹੋ ਕੇ ਆਪ ਹੀ ਬੱਚੇ ਦੇ ਕੇਸ ਕਰ ਦਿੰਦੀ ਛੋਟੀ ਉਮਰ ਦੇ ਵਿੱਚ ਕਿੱਥੇ ਸਿੱਖੀ ਰਹੇਗੀ ਸਤਿਗੁਰੂ ਕਿਰਪਾ ਕਰੇ ਸਤਿਗੁਰੂ ਬਖਸ਼ਿਸ਼ ਕਰੇ ਸਤਿਗੁਰੂ ਰਹਿਮਤਾਂ ਕਰੇ ਬਾਵਾਆਂ ਦੇ ਵਿੱਚ ਉਹ ਗੁਣ ਆ ਜਾਣ ਜਿਹੜਾ ਗੁਰੂ ਚਾਹੁੰਦਾ ਹੈ ਕਿ ਔਰਤ ਦੇ ਵਿੱਚ ਗੁਣ ਹੋਣੇ ਚਾਹੀਦੇ ਜਿਹੜੇ ਮਾਂ ਦੇ ਵਿੱਚ ਗੁਣ ਹੋਣੇ ਚਾਹੀਦੇ ਮਾਂ ਅਸੀਸ ਦੇ ਸਕੇ ਪੁੱਤਾਂ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਜਿਹੜੀ ਅਸੀਸ ਗੁਰੂ ਅਰਜਨ ਦੇਵ ਨੂੰ ਮਾਤਾ ਪਾਣੀ ਜੀ ਨੇ ਦਿੱਤੇ ਸੀ ਉਹ ਅਸੀਸ ਜੇ ਕਿਤੇ ਮਾਤਾ ਦੇ ਸਕੇ ਤਾਂ ਫਿਰ ਪੁੱਤਰ ਵੀ ਰੱਬ ਨਾਲ ਜੁੜਿਆ ਹੋਵੇਗਾ ਪੁੱਤਰ ਵੀ ਗੁਰੂ ਨਾਲ ਜੁੜਿਆ ਰਹੇਗਾ ਬੱਚੇ ਵੀ ਮਾਂ ਗੁਰੂ ਨਾਲ ਜੁੜੇ ਰਹਿਣਗੇ ਬੱਚੇ ਜੁੜੇ ਤਾਂ ਰਹਿਣਗੇ ਜੇ ਮਾਂ ਜੁੜੀ ਹੋਵੇਗੀ ਇਹ ਤਹਈਆ ਕਰ ਲੈਣਾ ਚਾਹੀਦਾ ਸਾਨੂੰ ਸਾਰੀਆਂ ਮਾਵਾਂ ਨੂੰ ਵੀ ਪਰ ਬੱਚਿਆਂ ਨੂੰ ਵੀ ਮਾਂ ਦਾ ਉਡਾਈ ਸਤਕਾਰ ਕਰਨਾ ਚਾਹੀਦਾ ਜਿੱਡਾ ਸਤਕਾਰ ਕਰ ਲਈ ਸਾਡੇ ਸਤਿਗੁਰ ਨੇ ਆਖਿਆ ਮਾਂ ਦੀ ਸੇਵਾ ਸਭ ਤੋਂ ਉੱਤਮ ਮਾਂ ਰੱਬ ਦਾ ਰੂਪ ਇੱਕ ਵਾਰ ਫੇਰ ਆਪ ਸਭ ਨੂੰ ਮਦਰ ਡੇ ਦੀਆਂ ਮਾਂ ਦੇ ਦਿਨ ਦੀਆਂ ਵਿਦਿਆ ਪਰ ਇਦਾਂ ਨਾ ਹੋਵੇ ਕਿ ਇੱਕ ਦਿਨ ਲਈ ਸਾਲ ਚ ਮਾਂ ਦਾ ਦਿਨ ਰਹਿ ਜਾਵੇ ਇੱਕ ਦਿਨ ਜੀ ਮਾਂ ਨੂੰ ਪੁੱਛ ਲਈਏ ਸਾਰਾ ਸਾਲ 365 ਸ਼ahr ਦੇਣ ਔਰ ਹਰ ਰੋਜ ਹਰ ਪੈਰ ਹਰ ਕੜੀ ਹਰ ਪਲ ਮਾਂ ਦਾ ਸਤਿਕਾਰ ਸਾਡੇ ਹਿਰਦੇ ਦਾ ਸਰਮਾਇਆ ਬਣਿਆ ਰਹੇ ਇਸੇ ਆਸ ਤੇ ਅਰਦਾਸ ਨਾ ਕਿ ਮੈਂ ਜਾਚਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ